ਰਾਊਂਡ ਹਾਊਸ ਵਿੱਚ ਲੁਕਾ ਲਿਬਰੇ ਸ਼ੋ ਮੁਕਾਬਲੇ ਵਿੱਚ 51 ਸਾਲਾ ਰੈਸਲ ਸਿਲਵਰ ਕਿੰਗ ਦੀ ਫਾਈਟ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਰੈਸਲ ਸਿਲਵਰ ਕਿੰਗ ਦਾ ਅਸਲੀ ਨਾਮ ਸੀਜ਼ਰ ਬੈਰੋਨ ਸੀ। ਲੁਕ ਲਿਬਰੇ ਸ਼ੋਅ ਵਿੱਚ ਮੌਜੂਦ ਦਰਸ਼ਕਾਂ ਤੇ WWE ਦੇ ਮੈਂਬਰਾਂ ਨੇ ਵੀ ਸਿਲਵਰ ਕਿੰਗ ਦੀ ਅਚਾਨਕ ਹੋਈ ਮੌਤ ਦਾ ਦੁੱਖ ਜਤਾਇਆ ਹੈ।